ਅਸਲਾਮੋ ਅਲੈਕਮ ਤੇ ਸਭ ਵੇਖਣ ਵਾਲਿਆਂ, ਸੱਚੀ ਸਟੋਰੀ ਟੀਵੀ ਚੈਨਲ ਤੇ ਜੀ ਆਇਆਂ ਕਹਿੰਦੇ ਆ। ਤੇ ਅੱਜ ਯਾਰ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਸਭ ਤੋਂ ਜ਼ਿਆਦਾ ਸੁਲਤਾਨੀ ਤੇ ਸਟੋਰੀਆਂ ਕਿਉਂ ਕਰਨੇ ਆ ਤੇ ਉਹਦੇ ਬਾਰੇ ਅਸੀਂ ਜ਼ਿਆਦਾ ਕਿਉਂ ਗੱਲਬਾਤ ਕਰਨੇ ਆ। ਤੇ ਅਸੀਂ ਤੁਹਾਨੂੰ ਅੱਜ ਆਪਦੇ ਬਾਰੇ ਦੱਸਾਂਗੇ ਕਿ ਯਾਰ ਅਸੀਂ ਸੁਲਤਾਨੀ ਦੇ ਕਿਸ ਤਰ੍ਹਾਂ ਫੈਨ ਹੋਏ ਕਿ ਜਦੋਂ ਯਾਰ ਅਸੀਂ ਛੋਟੇ ਹੁੰਦੇ ਸਾਂ ਤੇ ਜ਼ਿਲ੍ਹੇ ਕਸੂਰ ਦੇ ਸ਼ਹਿਰ ਚੂਣੀਆਂ ਦੇ ਵਿੱਚ ਨਾਲ ਛੋਟਾ ਜਿਹਾ ਪਿੰਡ ਹੁੰਦਾ ਸੀ ਮਿਆਲਾ ਘਾਟ। ਤੇ ਕਿਸ ਤਰ੍ਹਾਂ ਯਾਰ ਫਿਰ ਅਸੀਂ ਰੁਪਈਆ ਰੁਪਈਆ ਇਕੱਠਾ ਕਰਨਾ ਹਫ਼ਤੇ ਬਾਅਦ, ਤੇ ਯਾਰਾਂ ਬੇਲੀਆਂ ਨੇ ਇਕੱਠੇ ਕਰਕੇ ਤੇ VCR ਲੈ ਕੇ ਆਉਣਾ ਤੇ ਇੱਕ ਘਰ ਮਖਸੂਸ ਕਰਕੇ ਤੇ ਉਸ ਕਮਰੇ ਦੇ ਵਿੱਚ ਲਾ ਕੇ ਤੇ ਯਾਰ ਸਾਰੀ ਸਾਰੀ ਰਾਤ ਅਸੀਂ ਸੁਲਤਾਨੀ ਦੀਆਂ ਫਿਲਮਾਂ ਵੇਖਦੇ ਰਹਿਣਾ। ਤੇ ਉੱਥੋਂ ਦੇ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਵੀ ਯਾਰ ਆਣ ਕੇ ਬਹਿ ਜਾਣਾ ਸਾਡੇ ਕੋਲ ਤੇ ਉਹਨਾਂ ਫਿਰ ਸਾਨੂੰ ਦੱਸਣਾ ਕਿ ਯਾਰ ਸੁਲਤਾਨੀ ਦੀ ਇਹ ਫਿਲਮ ਲਿਆਓ, ਬਹੁਤ ਕਮਾਲ ਦੀ, ਇਹ ਵੇਖੋਗੇ ਪੁੱਤਰ ਤੇ ਸਵਾਦ ਆ ਜਾਏਗਾ। ਤੇ ਅੱਜ ਅਸੀਂ ਤੁਹਾਨੂੰ ਆਪਦੇ ਬਾਰੇ ਦੱਸਨੇ ਆ ਕਿ ਕਿਸ ਤਰ੍ਹਾਂ ਯਾਰ ਅਸੀਂ ਸੁਲਤਾਨੀ ਦੇ ਫੈਨ ਹੋਏ ਤੇ ਕਿਸ ਤਰ੍ਹਾਂ ਫਿਰ ਸਾਨੂੰ ਇਹ ਸ਼ੌਂਕ ਪਿਆ ਤੇ ਕਿਵੇਂ ਅਸੀਂ ਫਿਰ ਪਿੰਡੋਂ ਲਾਹੌਰ ਆਏ ਤੇ ਜਦੋਂ ਲਾਹੌਰ ਆਣ ਕੇ ਸੈਲਮੇ ਦੇ ਵਿੱਚ ਯਾਰ ਸੁਲਤਾਨੀ ਨੂੰ ਸਕਰੀਨ ਤੇ ਵੇਖਿਆ ਤੇ ਸਵਾਦ ਆ ਗਿਆ। ਸੈਲਮਾ ਦੇ ਉੱਥੇ ਵੀ ਸੀ ਲੇਕਿਨ ਉਹਨੂੰ ਯਾਰ ਕੋਈ ਵੇਖਣ ਨਹੀਂ ਸੀ ਜਾਂਦਾ, ਉਦੋਂ VCR ਦਾ ਦੌਰ ਹੁੰਦਾ ਸੀ ਤੇ ਸਾਰਿਆਂ ਨੇ ਰੁਪਈਆ ਰੁਪਈਆ ਇਕੱਠਾ ਕਰਕੇ ਤੇ VCR ਲਿਆਉਣਾ ਤੇ ਚਾਰ ਫਿਲਮਾਂ ਮਿਲਦੀਆਂ ਹੁੰਦੀਆਂ ਸਨ ਤੇ ਚਾਰ ਫਿਲਮਾਂ ਨੂੰ ਯਾਰ ਨਾ ਅਸੀਂ ਸਾਰੀ ਰਾਤ ਬਹਿ ਕੇ ਵੇਖਣਾ। ਤੇ ਜੇ ਸਾਡੀ ਇਹ ਤੁਸੀਂ ਸਟੋਰੀ ਸੁਣਨਾ ਚਾਹੁੰਦੇ ਜੇ ਤੇ ਸਾਡੀ ਵੀਡੀਓ ਨਾਲ ਫਿਰ ਜੁੜੇ ਰਹੋ, ਤੇ ਜੇ ਪਿਆਰੇ ਹੋ ਸਾਡੀ ਵੀਡੀਓ ਤਾਂ ਤੁਸੀਂ ਪਹਿਲੀ ਦਫ਼ਾ ਆਏ ਜੇ ਤੇ ਇਹਨੂੰ ਯਾਰ ਫਿਰ ਮੁਹੱਬਤਾਂ ਦੇ ਨਾਲ ਸਬਸਕ੍ਰਾਈਬ ਵੀ ਕਰ ਲਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ। ਤੇ ਅੱਜ ਹੀ ਯਾਰ ਤੁਹਾਨੂੰ ਅਸੀਂ ਆਪਦੇ ਬਾਰੇ ਦੱਸੀਏ ਕਿ ਕਿਸ ਤਰ੍ਹਾਂ ਅਸੀਂ ਜ਼ਿਲ੍ਹੇ ਕਸੂਰ ਤੋਂ ਲਾਹੌਰ ਚੱਲੇ ਕਿ ਲਾਹੌਰ ਦੇ ਕਰੀਬ ਹੀ ਕਾਨਾ ਨੌਏ, ਉਹਦੇ ਨਾਲ ਹੀ ਕਾਨਾ ਕਾਚਾ ਸਟੇਸ਼ਨ ਅਤੇ ਪਿੰਡ ਨੰਗੜ। ਇੱਥੇ ਜਦੋਂ ਆਏ ਜਗ੍ਹਾ ਜੁਗਾ ਆਣ ਕੇ ਇੱਥੇ ਲਈ ਅਤੇ ਇੱਥੋਂ ਯਾਰ ਫਿਰ ਲਾਹੌਰ ਅਸੀਂ ਜਦੋਂ ਸੈਲਮੇ ਜਾਣਾ ਕਰਨਾ ਯਾਰਾਂ ਬੇਲੀਆਂ ਨੇ, ਅਤੇ ਜਦੋਂ ਸੈਲਮੇ ਦੇ ਵਿੱਚ ਸੁਲਤਾਨੀ ਨੂੰ ਸਕਰੀਨ 'ਤੇ ਵੇਖਣਾ ਅਤੇ ਇਹਨੇ ਯਾਰ ਜਦੋਂ ਫਿਲਮ ਦੀ ਇੰਟਰੀ ਦੇ ਵਿੱਚ ਆਉਣਾ ਅਤੇ ਮੈਂ ਕਹਿੰਦਾ ਕਿ ਜਦੋਂ ਵਾਮ ਨੇ ਬੜਕਾਂ ਮਾਰਨੀਆਂ ਤਾਂ ਯਾਰ ਰੂਹ ਖੁਸ਼ ਹੋ ਜਾਂਦਾ ਸੀ। ਹੈ ਨਹੀਂ ਦੂਸਰੇ ਵੀ ਅਦਾਕਾਰ ਹੈ ਨਹੀਂ, ਲੇਕਿਨ ਯਾਰ ਅਸੀਂ ਕਿਉਂ ਸੁਲਤਾਨੀ ਨੂੰ ਪਸੰਦ ਕਰਨੇ ਹਾਂ ਕਿ ਸੁਲਤਾਨੀ ਦਾ ਯਾਰ ਇਹੋ ਜਿਹਾ ਗੈਟਅਪ ਹੁੰਦਾ ਸੀ ਕਿ ਜਿਹੜਾ ਸਾਨੂੰ ਪਿੰਡਾਂ ਥਾਵਾਂ ਦੇ ਵੱਡੇ ਵੱਡੇ ਚੌਧਰੀਆਂ ਦਾ ਜਿਹੜਾ ਗੈਟਅਪ ਹੁੰਦਾ ਸੀ ਨਾ ਬਦਮਾਸ਼ਾਂ ਦਾ, ਉਹ ਸਾਨੂੰ ਯਾਰ ਬੜਾ ਸਵਾਦ ਆਉਂਦਾ ਹੁੰਦਾ ਸੀ ਕਿ ਅਸੀਂ ਕੋਈ ਵੀ ਇਹਦੀ ਫਿਲਮ ਵੇਖਦੇ ਸਨ ਅਤੇ ਅਸੀਂ ਕਹਿੰਦੇ ਸਾਂ ਕਿ ਯਾਰ ਸੁਲਤਾਨੀ ਨੇ ਕਮਾਲ ਕਰ ਦਿੱਤੀ ਅਤੇ ਕਮਾਲ ਤਾਂ ਵਾਕਈ ਕਰ ਦਿੰਦਾ ਸੀ। ਇਸ ਤਰ੍ਹਾਂ ਪਿਆਰੇ ਉਹ ਅਸੀਂ VCR 'ਤੇ ਫਿਲਮਾਂ ਵੇਹਦੇ ਵੇਹਦੇ ਦੂਜੇ ਵੀ ਅਦਾਕਾਰਾਂ ਦੀਆਂ ਵੇਹਦੇ ਸਾਂ, ਲੇਕਿਨ ਯਾਰ ਜੋ ਸਾਨੂੰ ਸਵਾਦ ਅਤੇ ਮਜ਼ਾ ਆਉਂਦਾ ਸੀ ਨਾ ਸੁਲਤਾਨੀ ਦੀਆਂ ਫਿਲਮਾਂ ਵੇਖਣ ਦਾ, ਮੈਂ ਕਹਿੰਦਾ ਕਿ ਛੱਡ ਗੱਲ ਹੀ ਦਿਓ, ਕਿਉਂਕਿ ਸਾਡੇ ਵੱਡੇ ਵੀ ਬਹੁਤਾ ਇਹਨੂੰ ਹੀ ਪਸੰਦ ਕਰਦੇ ਸਨ ਅਤੇ ਉਹ ਵੇਹਦੇ ਸਨ ਅਤੇ ਉਹ ਵੀ ਸਾਨੂੰ ਕਹਿੰਦੇ ਹੁੰਦੇ ਸਨ ਚੇਚਾ ਕਿ ਯਾਰ ਤੁਸੀਂ ਇਹ ਫਿਲਮ ਲੈ ਕੇ ਆਓ। ਅਤੇ ਇਸ ਤਰ੍ਹਾਂ ਪਿਆਰੇ ਉਹ ਫਿਰ ਸੈਲਮੇ ਦੇ ਵਿੱਚ ਫਿਲਮਾਂ ਵੇਖਣੀਆਂ ਕਰਨੀਆਂ ਅਤੇ ਜਵਾਨ ਹੋਏ ਅਤੇ ਸੋਚਿਆ ਕਿ ਯਾਰ ਕਿ ਸਾਰੇ ਯਾਰ ਉਹਦੇ ਸੁਲਤਾਨੀ ਦੇ ਬਾਰੇ ਦੱਸਦੇ ਨੇ ਅਤੇ ਅਸੀਂ ਵੀ ਯਾਰ ਦੱਸੀਏ ਕਰੀਏ ਕਿ ਕਿਸ ਤਰ੍ਹਾਂ ਯਾਰ ਸੁਲਤਾਨੀ ਨੂੰ ਫਿਲਮਾਂ ਇਹ ਫਿਲਮਾਂ ਇੰਝ ਮਿਲੀ, ਇਹ ਫਿਲਮਾਂ ਇੰਝ ਮਿਲੀਆਂ। ਕੁਛ ਫਿਰ ਪਿਆਰੇ ਉਹ ਜਾਣਕਾਰੀ ਲਈ ਅਸੀਂ ਕਿਤਾਬਾਂ ਲੈ ਕੇ ਆਉਂਦੀਆਂ, ਕੁਛ ਫਿਰ ਅਸੀਂ ਇੰਟਰਨੈਟ ਤੋਂ ਹੀ ਖੋਜ ਖੋਜ ਕੇ ਗੱਲਾਂ ਲੱਭੀਆਂ ਅਤੇ ਕੁਛ ਫਿਰ ਜਦੋਂ ਅਸੀਂ ਚੈਨਲ ਸਟਾਰਟ ਕੀਤਾ ਅਤੇ ਫਿਲਮ ਇੰਡਸਟਰੀ ਦੇ ਲੋਕ ਸਾਡੇ ਨਾਲ ਜੁੜੇ ਅਤੇ ਉਦੋਂ ਫਿਰ ਪਿਆਰਿਓ
ਜਿਹੜੀਆਂ ਸਟੋਰੀਆਂ ਅਸੀਂ ਕਰਨੇ ਆ ਤੇ ਤੁਹਾਡੇ ਹੁਣ ਸਾਹਮਣੇ ਨੇ। ਕਿਸ ਤਰ੍ਹਾਂ ਪਿਆਰਿਓ, ਫਿਰ ਸਾਨੂੰ ਬਚਪਨ ਤੋਂ ਹੀ ਯਾਰ ਸੁਲਤਾਨੀ ਨਾਲ ਇਸ਼ਕ ਏ, ਪਿਆਰ ਏ, ਅਤੇ ਇਹਨੂੰ ਪਸੰਦ ਅਸੀਂ ਸ਼ੁਰੂ ਤੋਂ ਹੀ ਕਰਨੇ ਆ। ਅਤੇ ਇਸ ਵਜ੍ਹਾ ਤੋਂ ਸੁਣਿਓ, ਬਹੁਤੀਆਂ ਜਿਹੜੀਆਂ ਸਾਡੀਆਂ ਵੀਡੀਓ ਨੇ ਨਾ ਉਹ ਸੁਲਤਾਨੀ 'ਤੇ ਨੇ। ਇੰਡੀਆ ਦੇ ਵੀ ਅਦਾਕਾਰ ਹੈ ਨੇ, ਵੇਖਦੇ ਰਹੇ ਹਾਂ ਫਿਲਮਾਂ, ਲੇਕਿਨ ਕਿਉਂ ਕਿ ਯਾਰ ਸਾਡੀ ਸਰ ਜ਼ਮੀਨ ਪਾਕਿਸਤਾਨ ਹੈ, ਕਿ ਪਾਕਿਸਤਾਨ ਦੇ ਵਿੱਚ ਯਾਰ ਘੱਟ ਅਦਾਕਾਰ ਨੇ। ਕਿ ਸਭ ਤੋਂ ਵੱਡਾ, ਦੁਨੀਆ ਤੋਂ ਸਭ ਤੋਂ ਵੱਡਾ ਅਦਾਕਾਰ ਹੋਇਆ ਤਾਂ ਸੁਲਤਾਨੀ ਹੋਇਆ, ਕਿ ਜਿਹਦੇ ਯਾਰ ਇਹੋ ਜਿਹੇ ਰਿਕਾਰਡ ਨੇ ਕਿ ਪੂਰੀ ਦੁਨੀਆ ਦੇ ਵਿੱਚ ਸੁਲਤਾਨੀ ਜਿੰਨੇ ਰਿਕਾਰਡ ਹੀ ਕਿਸੇ ਦੇ ਨਹੀਂ, ਕਿ ਇੱਕ ਸਾਲ ਦੇ ਵਿੱਚ 36 ਫਿਲਮਾਂ ਬਾਹਰੋਂ 30 ਜਾਂ 36, ਕਿ ਇੱਕ ਮਹੀਨੇ ਦੇ ਵਿੱਚ ਯਾਰ 3 ਫਿਲਮਾਂ ਲੱਗ ਜਾਣੀਆਂ ਖਾਲਾਂ ਜੀ ਦਾ ਵਾੜਾ। ਕਿਸੇ ਹੈ ਅਦਾਕਾਰ ਦਾ ਰਿਕਾਰਡ ਤਾਂ ਸਾਨੂੰ ਦੱਸੋ, ਕਿ ਐਵੇਂ ਥੋੜ੍ਹਾ ਯਾਰ ਅਸੀਂ ਉਹਨੂੰ ਪਸੰਦ ਕਰਨੇ ਹਾਂ ਅਤੇ ਹਰ ਵੀਡੀਓ ਦੇ ਵਿੱਚ ਉਹਦਾ ਜ਼ਿਕਰ ਕਰਨੇ ਹਾਂ ਅਸੀਂ, ਕਿ ਯਾਰ ਇਹ ਹਾਲੇ ਤਾਂ ਅਸੀਂ ਜ਼ਿਕਰ ਹੋਣ ਕਰਨੇ ਪਏ, ਪਤਾ ਨਹੀਂ ਕਿੰਨੀ ਦੇਰ ਸੁਲਤਾਨੀ ਦਾ ਜ਼ਿਕਰ ਹੁੰਦਾ ਰਹੇਗਾ। ਕਿ ਕਈ ਜਿਹੜੇ ਨੇ ਵੱਡੇ ਵੱਡੇ ਚੈਨਲਾਂ ਵਾਲੇ ਸਾਡੇ ਸਮੇਤ, ਕਿ ਉਹਦਾ ਨਾਂ ਲੈ ਕੇ ਕਿ ਉਹਨੂੰ ਦੁਨੀਆ ਪਿਆਰ ਕਰਦੀ ਏ, ਪਸੰਦ ਕਰਦੀ ਏ, ਉਹਨੂੰ ਬਹੁਤ ਵਾਮ ਮੁਹੱਬਤਾਂ ਦੇਣ ਵਾਲੀ ਏ ਪਾਕਿਸਤਾਨ 'ਚ, ਪਾਕਿਸਤਾਨ 'ਚੋਂ ਬਾਹਰ, ਕਿ ਉਹਦਾ ਨਾਂ ਲੈ ਕੇ ਯਾਰ ਉਹਦਾ ਗੱਲਬਾਤ ਅਸੀਂ ਕਰਕੇ ਅਤੇ ਬੱਚਿਆਂ ਦੀ ਰੋਜ਼ੀ ਅਤੇ ਰਿਜ਼ਕ ਕਮਾ ਰਹੇ ਹਾਂ, ਅਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਂਦਾ, ਅਤੇ ਜਿਹੜਾ ਸਾਡਾ ਪਿਆਰ ਏ ਉਹ ਵੀ ਖੁੱਲ੍ਹ ਕੇ ਬਾਹਰ ਆ ਜਾਂਦਾ ਹੈ। ਅਤੇ ਇਸ ਤਰ੍ਹਾਂ ਪਿਆਰਿਓ, ਫਿਰ ਅਸੀਂ ਸੁਲਤਾਨੀ ਦੇ ਫੈਨ ਹੋਏ, ਅਤੇ ਅਸੀਂ ਤਾਂ ਸੁਲਤਾਨੀ 'ਤੇ ਸਭ ਤੋਂ ਜ਼ਿਆਦਾ ਵੀਡੀਓ ਕਰਨੇ ਹਾਂ। ਅਤੇ ਜੇ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀ ਏ ਤਾਂ ਇਹਨੂੰ ਫਿਰ ਪਿਆਰਿਓ ਲਾਈਕ ਸ਼ੇਅਰ ਕਰੋ, ਅੱਗੇ ਯਾਰਾਂ ਬੇਲੀਆਂ ਨਾਲ ਸ਼ੇਅਰ ਕਰੋ, ਅਤੇ ਇਹ ਵੀ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚ ਬਹਿ ਕੇ ਸਾਡੀ ਵੀਡੀਓ ਵੇਖ ਰਹੇ ਜੇ।